नाम की बेटा तेरा? चल अंदर। तेरा नाम की बेटा? बेटा तेरा नाम की, तू बोल, आप बोल। दस दे नाम, दस दे फिर तू ठीक हो जाना। दस दे जल्दी नाम, दस दे। आजा आजा नाम दस दे, दस दे पुत, दस दे, हो जाना ठीक, हो जाना तू, फिर नाम दस दे तू, फिर ठीक हो जाना। है दस दे नाम, दस दे। ये कौन है? किथे दर्द पै रही है? दर्द किथे पै रही तेरे? पर तुसी बच्चे दी कंडीशन इन्नी खराब कर ली, तुहानू किने दस्सिया साडे बारे? किथों? बैठो बैठो, तुहाडा भी पेशेंट है, कुर्सी दिओ, इन्हां नू बिठाओ। तुहानू किने दस्सिया साडे बारे? ਕਿਥੇ ਪੀਜੀਆਈ? ਹਾਂਜੀ। ਅੱਛਾ, ਤੇ ਜਦੋਂ ਇਹ ਡਿਗਿਆ ਸੀ ਉਦੋਂ ਨੀ ਕਿਸੇ ਨੇ ਦੱਸਿਆ? ਆਪ ਹੀ ਦੱਸਿਆ ਨੇ, ਉਹਦਾ ਤਾਂ ਸਕੂਲ ਜਾਂਦੇ ਰਹੇ ਆ। ਹੁਣ ਜਮਾ ਬੈਡ ਤੇ? ਹਾਂਜੀ ਹੁਣ ਬੈਡ ਤੇ ਪਈ ਆ ਤਾਂ। ਤੇ ਹੁਣ ਡਾਕਟਰ ਕੀ ਕਹਿੰਦੇ ਨੇ? ਨਹੀਂ ਹੁਣ ਕਿਸੇ ਕਿਸੇ ਵੱਡੇ ਹਸਪਤਾਲ ਚੈੱਕ ਕਰਾਇਆ, ਇਹਨੂੰ ਪਤਾ ਲੱਗੇ ਕਿ ਦਿੱਕਤ ਕੀ ਹੈ? ਪੈਸੇ ਹੈ ਨੀ? ਕੋਈ ਗੱਲ ਨੀ, ਹੁਣ ਮੈਂ ਗੱਡੀ ਮੰਗਾਈ ਹੈ ਤੁਹਾਡੇ ਲਈ, ਗੱਡੀ ਆ ਰਹੀ ਹੈ, ਤੁਹਾਨੂੰ ਐਡਮਿਟ ਕਰਾ ਕੇ ਆਏਗੀ, ਤੁਹਾਨੂੰ ਰੋਟੀ ਪਾਣੀ ਦਾ ਖਰਚਾ ਦੇਵਾਂਗੇ, ਤੁਹਾਡੇ ਬੱਚੇ ਦਾ ਸਾਰਾ ਇਲਾਜ ਅਸੀਂ ਕਰਾਵਾਂਗੇ, ਜਦੋਂ ਤੱਕ ਇਲਾਜ ਨਹੀਂ ਹੋਣਾ ਬੱਚੇ ਦਾ ਸਾਡਾ ਪਿੱਛਾ ਨਾ ਛੱਡਿਓ। ਅਸੀਂ ਰੋਜ਼ ਬਿੰਡ ਨਾਗਾ 7 to 9 ਇੱਥੇ ਮਿਲਦੇ ਹਾਂ। ਇਹ ਜਿਹੜੇ ਹੈਲਪ ਕਰਨ ਆਏ ਹੋਏ ਸਾਰੇ, ਇਹ ਉਹ ਲੋਕ ਨੇ, ਉਹ ਸਾਰੇ ਹੈਲਪ ਲੈਣ ਆਏ ਹੋਏ ਨੇ, ਅਤੇ ਤੁਸੀਂ ਸਾਨੂੰ ਇੱਥੇ ਮਿਲਦੇ ਰਹੋ। ਕੱਪੜੇ ਕੁਪੜੇ ਕਿੱਥੇ ਤੁਹਾਡੇ? ਬਸ ਠੀਕ ਹੈ, ਤੁਸੀਂ ਬੈਠੋ, ਅਸੀਂ ਤੁਹਾਨੂੰ ਕਰਾਉਂਦੇ ਹਾਂ, ਠੀਕ ਹੈ? ਤੁਸੀਂ ਬੈਠੋ, ਕੋਈ ਗੱਲ ਨਹੀਂ। ਹਾਂ ਹਾਂ ਲੈ ਜਾਓ, ਤੁਸੀਂ ਬੈਠੋ ਬੇਟਾ, ਬਿਠਾਓ ਇਹਨਾਂ ਨੂੰ ਉੱਧਰ ਸਾਈਡ 'ਤੇ, ਗੱਡੀ ਆ ਰਹੀ ਹੈ, ਫਿਰ ਤੁਹਾਨੂੰ ਬਿਠਾ ਦੇਣਾ। ਹੋ ਜਾਣਾ ਤੂੰ ਠੀਕ, ਹੋ ਜਾਣਾ। ਕੋਈ ਗੱਲ ਨੀ, ਆਰਾਮ ਨਾ ਆਰਾਮ ਨਾ ਆਰਾਮ ਨਾ ਆਰਾਮ ਨਾ ਆਰਾਮ ਨਾ, ਕੋਈ ਗੱਲ ਬੈਠ, ਹੋ ਜੂਗਾ ਠੀਕ, ਹੋ ਜੂਗਾ। ਇੱਥੇ ਬਹਿ ਜਾਓ, ਕੁਰਸੀ ਲੈ ਲਓ ਇੱਥੇ, ਜਾਂ ਉੱਥੇ ਪੱਖੇ ਅੱਗੇ ਬਹਿ ਜਾਓ, ਉੱਥੇ ਚੱਲ ਜਾਓ, ਪੱਖੇ ਅੱਗੇ ਚੱਲ ਜਾਓ ਬੇਟਾ, ਬਿਠਾਓ ਇਹਨਾਂ ਨੂੰ, ਚੇਅਰ ਦਿਓ, ਬਿਠਾਓ ਉੱਥੇ। ਇਹਨਾਂ ਦੇ ਨਾਲ ਕੌਣ ਹੈ? ਅੱਛਾ, ਆਪ ਇਨਕੇ ਇਨਕੋ ਕਿਆ ਹੁਆ, ਕਿਆ ਨਾਮ ਹੈ ਆਪਕਾ, ਇਹ ਕਿਆ ਹੁਆ, ਦਿਖਾਓ। ਲੀਵਰ ਖਰਾਬ ਹੋ ਗਿਆ ਇਨਕਾ, ਕੈਸੇ? ਕੋਈ ਦੇਸੀ ਦਵਾਈ ਵੀ ਖਾਇਆ ਥਾ ਗਾਓ ਵਾਲੀ? ਇਹ ਲੀਵਰ ਕੈਸੇ ਖਰਾਬ ਹੋ ਸਕਤਾ, ਐਸੇ ਤੋਂ ਨਹੀਂ ਖਰਾਬ ਹੋ ਸਕਤਾ। 17 ਸਾਲ ਉਮਰ ਇਸਦੀ, ਬੈਠੋ, ਕਰਾਓ ਭਾਜੀ, ਕਰਾਓ। ਕਰਾਓ ਚੈੱਕਅਪ, ਕਰਾਓ। ਹੋਰ ਕਿਹੜਾ ਬੱਚਾ? ਉਹ ਵਿਚਾਰੀ ਯਾਰ ਬੱਚੀ ਕਿੰਨੀ ਤਕਲੀਫ ਚ। ਹੋਰ ਕਿਹੜੇ ਕਿਹੜੇ ਪੇਸ਼ੈਂਟ ਸੀ ਤੁਸੀਂ ਬੁਲਾਓ, ਕਿਹੜੇ ਕਿਹੜੇ ਦਿਖਾਣੇ ਸੀ, ਦੱਸੋ, ਆ ਜਾਓ ਬੇਟਾ, ਤੁਸੀਂ ਉੱਪਰ ਬੈਠ ਕੇ ਖਾ ਲਓ, ਇੱਥੇ ਕੁਰਸੀਆਂ ਪਈਆਂ ਤਾਂ, ਉੱਪਰ ਬੈਠ ਜਾਓ। ਕੋਈ ਗੱਲ ਨੀ ਬੇਟਾ, ਉੱਥੇ ਉੱਪਰ ਬਹਿ ਜਾਓ, ਕੁਰਸੀਆਂ ਲੈ ਲਓ, ਉਹ ਕੁਰਸੀਆਂ ਦਿਓ। ਸਾਗਰ ਇਧਰ ਆ ਲੈ ਕੁਰਸੀ, ਆ ਲੈ ਇੱਥੇ ਲੈ, ਇੱਥੇ ਬੈਠ ਕੇ ਖਾ ਲਓ। ਤੁਸੀਂ ਮੇਰੇ ਕੋਲ ਦੁਬਾਰਾ ਆਏ ਹੀ ਨਹੀਂ, ਦੋ ਵਾਰੀ ਸੁਨੇਹੇ ਲਾਏ, ਤੁਸੀਂ ਆ ਜਾਓ। ਮੁੰਡੇ ਨੇ ਤੁਹਾਨੂੰ 2 ਵਾਰੀ ਫੋਨ ਕਰਤਾ ਕਿ ਮੈਂ ਬੁਲਾਇਆ, ਤੁਸੀਂ ਮੈਨੂੰ ਅਗਲੇ ਦਿਨ ਦੋ, ਮੈਂ ਤੁਹਾਨੂੰ ਮਿਲਣਾ ਕਿਉਂ ਨਹੀਂ ਆਏ ਫਿਰ ਦੁਬਾਰਾ? ਮੈਨੂੰ ਫੋਨ ਹੀ ਨਹੀਂ ਆਇਆ, ਉਹ ਕਹਿੰਦੇ ਸੀ ਉਹ, ਤੁਸੀਂ ਤੁਹਾਨੂੰ ਰਸਤਾ ਪਤਾ ਸੀ, ਐਡਰੈਸ ਪਤਾ ਸੀ, ਖਰਾਬ ਹੋਈ ਪਈ ਹੈ ਉਹ। ਆਂਟੀ ਤੁਸੀਂ ਮੇਰੇ ਕੋਲ ਆਏ ਹੀ ਨਹੀਂ, ਹੁਣ ਆਂਟੀ ਮੇਰੇ ਕੋਲ ਕੋਈ ਮਰੀਜ਼ ਇੱਥੇ ਆਏਗਾ, ਮੈਨੂੰ ਤਾਂ ਹੀ ਪਤਾ ਲੱਗੇਗਾ ਕਿ ਤਕਲੀਫ ਚ ਹੁਣ ਘਰ ਬੈਠੇ ਮੈਨੂੰ ਕਿਦਾਂ। ਮੇਰੀ ਗੱਲ ਨਹੀਂ ਸਮਝ ਰਹੇ, ਕੋਈ ਬੰਦੇ ਦਾ ਢਿੱਡ ਪੀੜ ਹੋ ਰਿਹਾ, ਡਾਕਟਰ ਕੋਲ ਜਾਏਗਾ, ਡਾਕਟਰ ਥੋੜੀ ਘਰੇ ਜਾਏਗਾ ਕਿ ਤੁਹਾਡਾ, ਤੁਹਾਨੂੰ ਕੋਈ ਤਕਲੀਫ ਸੀ? ਮੈਂ ਤਾਂ ਤੁਹਾਨੂੰ ਪਹਿਲੇ ਦਿਨ ਕਿਹਾ ਸੀ ਮੇਰੇ ਕੋਲ ਸਭ ਕੁਝ ਲਓ, ਤੁਸੀਂ ਆਏ ਨਹੀਂ। ਆਸ਼ਰਮ ਜਾਣਾ ਤੁਸੀਂ, ਤੇ ਹਸਬੈਂਡ ਵੀ ਤੁਹਾਡੇ ਨਾਲ ਜਾਣਗੇ? ਨਹੀਂ ਨਹੀਂ, ਹਸਬੈਂਡ ਨਹੀਂ। ਤੇ ਹਸਬੈਂਡ ਛੱਡਤਾ? ਛੱਡਤਾ, ਵਾਹਿਗੁਰੂ ਵਾਹਿਗੁਰੂ। ਕੋਈ ਗੱਲ ਨੀ, ਕਰਾ ਦਿੰਦੇ। ਤੁਸੀਂ ਮਿਲ ਲਿਆ ਟੀਮ ਨੂੰ? ਮਿਲ ਲਓ ਪਹਿਲਾਂ ਆ ਜਾਓ ਤੁਸੀਂ, ਆ ਜਾਓ ਤੁਸੀਂ। ਇਹਨਾਂ ਦੀ ਮਾਤਾ ਜੀ ਹੋ? ਤੁਹਾਡਾ ਨਾਮ ਕੀ ਸੀ? ਪ੍ਰੀਤ। ਵਾਹਿਗੁਰੂ, ਬੈਠੋ ਤੁਸੀਂ ਉੱਥੇ, ਬੈਠੋ। ਮਰੀਜ਼ ਹੈ ਸਰ ਤੁਹਾਡਾ? ਮਰੀਜ਼ ਹੈ ਤੁਹਾਡਾ? ਹੈ ਕਿ ਹੈਲਪ ਲੈਣ ਆਏ ਹੋ? ਉੱਥੇ ਬੈਠੋ, ਤੇ ਤੁਹਾਨੂੰ ਨਾਮ ਦੇ ਕੇ ਬੁਲਾਣਗੇ, ਉੱਥੇ ਬੈਠੋ। ਕਿੱਥੇ ਗਏ ਦੇ ਪਾਪਾ? ਲੰਗਰ ਲੈਣ ਗਏ ਨੇ, ਰੋਟੀ ਖਾ ਲਈ ਤੁਸੀਂ? ਤੁਸੀਂ ਬੈਗ ਨਾਲ ਚੱਕੀ ਫਿਰਦੇ ਹੋ ਕਿੱਥੋਂ? ਬੇਟਾ ਹੋ ਜਾਣਾ ਠੀਕ ਤੂੰ, ਠੀਕ ਹੈ? ਹੈ ਹੋ ਜਾਣਾ ਤੂੰ ਠੀਕ, ਹੋ ਜਾਣਾ ਠੀਕ ਹੈ? ਹੈ ਉਹ ਮੈਂ ਤਾਂ ਇਹ ਕੁਛ ਰੋਜ਼ ਦੇਖਦਾ, ਤੁਹਾਨੂੰ ਦਿਖਾ ਰਿਹਾ। ਉਹ ਦੇਖੋ ਦੇਖੋ, ਅਸਲੀ ਤੀਰਥ ਤਾਂ, ਗੁਰੂ ਘਰ ਤਾਂ, ਮੰਦਰ ਤਾਂ ਇਹ ਆ। ਦੇਖੋ ਦੇਖੋ ਕਿਵੇਂ ਮਰੀਜ਼ ਇੱਥੇ ਉਮੀਦਾਂ ਨਾਲ ਰੋਜ਼ ਆਉਂਦਾ ਨਾ ਹੈਲਪ ਲੈਣ ਲਈ। ਦੇਖੋ ਕਿਵੇਂ, ਉਹ ਦੇਖੋ, ਵਾਹਿਗੁਰੂ। ਤਰਸ ਨਹੀਂ ਆਉਂਦਾ ਯਾਰ ਤੁਹਾਨੂੰ ਵੀਡੀਓ ਦੇਖ ਕੇ ਰੋਜ਼ ਰੋਜ਼?
ਦੇਖਿਆ ਕਰੋ ਇੱਥੇ ਕਿੰਨੀ ਦੁਨੀਆ ਦੁਖੀ ਆ ਰੋਜ਼ ਕਿੰਨੇ ਲੋਕ ਨੇ ਇੱਥੇ ਅੱਜ ਵੀ ਪੂਰਾ ਹਫ਼ਤਾ ਹੋ ਗਿਆ ਬੱਚੇ ਮੈਂ ਰੱਖੀ ਬੈਠੀ ਆ ਘਰੇ ਰਾਸ਼ਨ ਤੁਹਾਡਾ ਸਾਰਾ ਹੱਲ ਕਰਾਵਾਂਗੇ ਟੈਨਸ਼ਨ ਨਾ ਲਓ ਸਾਡੇ ਕੋਲ ਨਾ ਸਾਡਾ ਪਰਿਵਾਰ ਬਹੁਤ ਵੱਡਾ ਹੈ ਇੱਥੇ ਖੜ ਕੇ ਨਾ ਇੱਕ ਮਿੰਟ ਮੇਰੀ ਗੱਲ ਸੁਣੋ ਪਹਿਲੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਥੇ ਮੇਰੇ ਜਗ੍ਹਾ ਖੜੋ ਸਾਹਮਣੇ ਝਾਤੀ ਮਾਰੋ ਇਹ ਕੌਣ ਨੇ ਸਾਰੇ बैठो इथे तेरा की नाम है स्कूल पढ़दी तू केड़ी क्लास च बैठ बैठ दूजी किथे है हर महीने चक्कर ला लिया करो साडे कोल ना पेशेंट बहुत ज्यादा ने सानू रोज लोड है दीदी आ देखो बच्ची दी कंडीशन देखो इधर आओ आ देखो सानू तो चलो कहना नहीं चाहिए सानू तो इन्नी लोड़ है कि लुधियाने वाले एक एक रुपए भी दे देना ता इदा दी बच्चियां दी जान बच जावे हां तुहाडे मोहरे ही है तुसी एग्जांपल देखो आ मरीज बैठे ने तुसी खुद देखो आ मरीज बैठे ने हुण हर बंदे दी स्टोरी है देखो ओ अंकल नू देख लो इन्हां नू देख लो हैना आ बच्चे नू देख लो हैना आ आ छोटी बच्चियां नू देख लो इधर आओ आ छोटी बच्ची देख लो आ छोटी इधर आ इहदी मां नू मिल लो इधर आंटी तुसी वी आओ आ इहनू मिल लो प्यो नशे इहदा मुंडा घर वाला नशे करदा ਉਹਨੇ ਛੱਡਤਾ ਆ ਦੋ ਛੋਟੀਆਂ ਪਿਆਰੀਆਂ ਬੱਚੀਆਂ ਕਹਿੰਦੀ ਮੈਨੂੰ ਆਸ਼ਰਮ ਭੇਜ ਦੋ ਰਾਸ਼ਨ ਨਹੀਂ ਕੁਛ ਨਹੀਂ ਰੋਟੀ ਨਹੀਂ ਖਾਣ ਨੂੰ ਕੁਛ ਨਹੀਂ ਏਦਾਂ ਦੀ ਸਟੋਰੀਆਂ ਨੇ ਕਿਰਾਏ ਤੇ ਰਹਿੰਦੇ ਨੇ ਬੈਠੋ ਬੈਠਾ ਤੁਸੀਂ ਬੈਠੋ 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 ਥੋੜੀ ਸੇਵਾ ਪੰਜ ਮਿੰਟ ਬੈਠੋ ਤੁਹਾਡੇ ਲਵਾ ਐਕਚੁਅਲੀ ਨਾ ਮੈਂ ਤੁਹਾਨੂੰ ਦੱਸ ਰਿਹਾ ਕਿ ਹੈਲਪ ਲੈਣ ਵਾਲੇ ਲੋਕ ਬਹੁਤ ਜ਼ਿਆਦਾ ਨੇ ਪਰ ਜਿਹੜੇ ਹੈਲਪ ਕਰਨ ਵਾਲੇ ਨੇ ਵਿਚਾਰੇ ਪਤਾ ਕੀ ਚੱਕਰ ਆ ਹਰ ਬੰਦੇ ਦਾ ਨਾ ਭਾਜੀ ਇੱਕ ਸਿਸਟਮ ਹੈ ਕੋਈ 5000 ਕਰ ਸਕਦਾ ਕੋਈ 10000 ਕਰ ਸਕਦਾ 20000 ਕਰ ਸਕਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਹੈਲਪ ਨਹੀਂ ਲੋਕ ਕਰ ਰਹੇ ਮਤਲਬ ਇਹ ਹੈ ਕਿ ਜਿੰਨਿਆਂ ਨੂੰ ਹੈਲਪ ਕਰਨੀ ਚਾਹੀਦੀ ਉਹ ਨਹੀਂ ਕਰ ਰਹੇ ਪਰ ਲੋਕ ਉਮੀਦ ਲੈ ਕੇ ਇੱਥੇ ਮੇਰੇ ਕੋਲ ਬਹੁਤ ਆ ਰਹੇ ਨੇ ਹਨਾ ਜਿਵੇਂ ਹੁਣ ਆਹ ਬੱਚੀ ਦੇਖੋ ਉਹਦੀ ਵਿਚਾਰੀ ਆ ਦੇਖਿਓ ਬੱਚੀ ਦਾ ਹਾਲ ਆਹ ਦੇਖੋ ਆਹ ਬੱਚੀ ਦਾ ਸਾਰਾ ਪਾਸਾ ਦੇਖੋ ਚੀਕਾਂ ਮਾਰ ਰਹੀ ਵਾਰ ਵਾਰ ਹੁਣ ਜੇ ਮੈਨੂੰ ਇਹ ਤੇ ਤਰਸ ਆ ਰਿਹਾ ਤੁਹਾਨੂੰ ਇਹ ਤੇ ਤਰਸ ਆ ਰਿਹਾ ਸਾਡੀ ਵੀਡੀਓਜ਼ ਦੇ ਲੱਖਾਂ ਲੋਕ ਨੇ ਕਰੋੜਾਂ ਲੋਕ ਨੇ ਉਹ ਕਿਉਂ ਨਹੀਂ ਰਹਿਮ ਕਰਦੇ ਇਹਦੇ ਤੇ ਕਰਾਨੇ ਭਾਜੀ ਆਪਾਂ ਨਾ ਐਕਚੁਅਲੀ ਪੇਸ਼ੈਂਟ ਸਾਰੇ ਲਿਖਦੇ ਆ ਕਿਨੂੰ ਕਿਨੂੰ ਕਿੰਨੀ ਕਿੰਨੀ ਸੇਵਾ ਚਾਹੀਦੀ ਆ ਤੇ ਕਰਾ ਦਿੰਦੇ ਆਪਾਂ 5 ਮਿੰਟ ਬੇਟਾ ਇਹਨਾਂ ਦੀ ਵੀ ਸੇਵਾ ਲਵਾ ਦੋ ਇਹਨਾਂ ਦੀ ਸੇਵਾ ਲਵਾਓ ਇਹਨਾਂ ਨੂੰ ਦਵਾ ਦੋ ਖਰਚਾ ਪਾਣੀ 5000 ਰੁਪਏ ਦਵਾ ਦੋ ਉਹਨਾਂ ਨੂੰ ਹੁਣ ਗੱਲ ਇਹ ਹੈ ਪਿੱਛੇ ਚਲਿਓ ਉਧਰ ਜਾਇਓ ਦੇਖੋ ਕਿੰਨਾ ਮਰੀਜ਼ ਹੈ ਕਿੰਨਾ ਮਰੀਜ਼ ਹੈ ਤੁਸੀਂ ਦੇਖੋ ਇੱਥੇ ਜਿਹੜਾ ਹੈਲਪ ਲੈਣ ਲਈ ਆਇਆ ਹੋਇਆ ਔਰ ਹੈਲਪ ਕਰਨ ਵਾਲੇ ਲੋਕ ਕਿੰਨੇ ਨੇ ਦੇਖੋ ਹੁਣ ਹਰ ਬੰਦਾ ਇੱਥੇ ਇੱਕ ਉਮੀਦ ਨਾਲ ਆਇਆ ਹੋਇਆ ਕਿ ਮੇਰੀ ਗੱਲ ਸੁਣੀ ਜਾਏਗੀ ਮੇਰੀ ਹੈਲਪ ਹੋਏਗੀ ਥੈਂਕ ਯੂ ਬਾਪੂ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਲੱਗੀ ਤੁਹਾਡੀ ਸੇਵਾ ਬਹੁਤ ਧੰਨਵਾਦ ਕਿਵੇਂ ਤਜਰਬਾ ਰਿਹਾ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਕਿੱਥੋਂ ਆਏ ਤੁਸੀਂ ਅੰਕਲ ਆਜੋ ਕਿੱਥੋਂ ਸੇਵਾ ਆਈ ਤੁਹਾਡੀ ਸੇਵਾ ਆਈ ਤੋਂ ਇੰਗਲੈਂਡ ਤੋਂ ਆਸਟ੍ਰੇਲੀਆ ਤੋਂ ਕੀ ਨਾਮ ਆ ਉਹਨਾਂ ਦਾ ਮੇਰੇ ਸਾਲੇ ਦਾ ਮੁੰਡਾ ਹੈ ਅੱਛਾ ਜੀ ਉਹਦਾ ਬਰਥਡੇ ਸੀ ਪਰਸੋਂ ਅੱਛਾ 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 ਬਰਥਡੇ ਦੀ ਖੁਸ਼ੀ ਵਿੱਚ ਅੱਛਾ ਅੱਛਾ ਚਲੋ ਬੜਾ ਧੰਨਵਾਦ ਕਿੰਨੇ ਪੈਸੇ ਭੇਜੇ 5000 ਰੁਪਏ ਠੀਕ ਹੈ ਠੀਕ ਹੈ ਕਿਵੇਂ ਲੱਗਿਆ ਤੁਹਾਨੂੰ ਇੱਥੇ ਕਿਵੇਂ ਤੁਸੀਂ ਬੈਠੇ ਹੋ ਦੇਖਿਆ ਬਹੁਤ ਅੱਛਾ ਲੱਗਾ ਮੈਂ ਪਹਿਲੀ ਵਾਰੀ ਆਇਆ ਕੋਈ ਸਾਨੂੰ ਸਲਾਹ ਮਸ਼ਵਰਾ ਦੇਣਾ ਚਾਹੁੰਦੇ ਹੋ ਕੋਈ ਅਸੀਂ ਸੁਧਾਰ ਕਰੀਏ ਇਸ ਕੰਮ ਦੇ ਵਿੱਚ ਹੋਰ ਨਹੀਂ ਬਸ ਬਹੁਤ ਅੱਛਾ ਲੱਗਾ ਤੁਸੀਂ ਆਉਂਦੇ ਰਹੋ ਜੀ ਕੋਈ ਗੁੰਜਾਇਸ਼ ਹੈ ਨਹੀਂ ਕੋਈ ਮੈਨੂੰ ਨਜ਼ਰ ਨਹੀਂ ਤੁਸੀਂ ਆਉਂਦੇ ਰਹੋ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਰਹੋ ਧੰਨਵਾਦ ਜੀ ਧੰਨਵਾਦ ਤਰਸ ਆਉਂਦਾ ਯਾਰ ਦੇਖ ਕੇ ਇਦਾਂ ਦੇ ਹਾਲਾਤ ਸਾਡੇ ਸਮਾਜ ਦੇ ਜਿੰਨੀ ਉਮੀਦਾਂ ਨਾਲ ਲੋਕ ਇੱਥੇ ਮੇਰੇ ਕੋਲ ਹੈਲਪ ਲੈਣ ਆਉਂਦੇ ਨੇ ਹੁਣ ਮੈਨੂੰ ਬਾਰ ਬਾਰ ਉਹ ਬੱਚੀ 'ਚ ਧਿਆਨ ਜਾਈ ਜਾਂਦਾ ਨਾ ਦੇਖੋ ਮਰੀਜ਼ ਆ ਰਹੇ ਤੁਸੀਂ ਆਪਕਾ ਕਿਆ ਹੈ ਡਾਇਲਸਿਸ ਹੋਤੇ ਹੈ ਕਿਡਨੀਆਂ ਖਰਾਬ ਹੈ ਹਸਬੈਂਡ ਕਹਾਂ ਆਪਕੇ ਹਾਂਜੀ ਅੱਛਾ ਆਪ ਇਨਕੇ ਹਸਬੈਂਡ ਹੋ ਤੁਹਾਡਾ ਕੀ ਹੈ ਜੀ ਤੁਸੀਂ ਕਦ ਲਈ ਆਏ ਹੋ ਕਰਿਲ ਤੁਹਾਡਾ ਕੀ ਆਂਟੀ ਜੀ ਤੁਸੀਂ ਕਿੰਨਾ ਨਾਲ ਹੋ ਬਾਪੂ ਜੀ ਤੁਹਾਡਾ ਕੀ ਤੁਸੀਂ ਕਦ ਲਈ ਆਏ ਹੋ ਦਵਾਈ ਲੈਣ ਆਏ ਹੋ ਤੁਹਾਡਾ ਕੀ ਆਂਟੀ ਤੁਸੀਂ ਕਦ ਲਈ ਆਏ ਹੋ ਦਿਖਦਾ ਨਹੀਂ ਅੱਖਾਂ ਦੇ ਇਲਾਜ ਵਾਸਤੇ ਆਏ ਹੋ ਤੁਹਾਡਾ ਕੀ ਹੈ ਜੀ ਹੈ ਮਰੀਜ਼ ਹੈ ਤੁਹਾਡਾ ਕੋਈ ਹਾਂਜੀ ਤੁਹਾਡਾ ਕੀ ਜੀ ਸਤਿ ਸ਼੍ਰੀ ਅਕਾਲ ਜੀ ਬੈਠੋ ਤੁਹਾਡਾ ਕੌਣ ਹੈ ਮਰੀਜ਼ ਕੀ ਹੋਇਆ ਮਾਤੀ ਦੱਸੋ ਕੋਈ ਨਹੀਂ ਬੈਠੋ ਬੈਠੋ ਕਰਾਨੇ 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 ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਸਤਿ ਸ਼੍ਰੀ ਅਕਾਲ ਅੱਛਾ ਜੀ ਆ ਖਾ ਲਿਆ ਤੁਸੀਂ ਇਹ ਕਿਹਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੇਟਾ ਉਧਰ ਰੱਖ ਵਾਹਿਗੁਰੂ ਕੀ ਹੈ ਤੁਹਾਡਾ ਕੀ ਹੈ ਹੁਣ ਤੁਸੀਂ ਜਾਣਾ ਇਹ ਬੱਚੇ ਤੁਹਾਡੇ ਨੇ
वाहेगुरु। की नाम माड़ी तेरा? की नाम है? फतेह सिंह। ए भैने तेरा नाम? सिमरन। ओ यार तरस कर लो यार, इन्हां दे प्यो ते तरस कर लो, बच्चियां ते तरस कर लो, छोटे छोटे बच्चे ने इत्थे यार हेल्पलाइन आंदे ने यार, किस की बोलना वीडियो दे विच, मैं रोज रोज मैं लाइक कमेंट लैण वास्ते नहीं वीडियो बनांदा, बच्चियां ते तरस करो, बहुत बच्चे दर्द दे विच ने, पैसियां करके इलाज नहीं करा पा रहे अपना, देखो बहुत तकलीफ दे विच ने, बहुत तकलीफ दे विच बड़े मरीज ने, हर एक दी अपनी अपनी स्टोरी है। मैं वीडियो राही बेनती करना चाहना कि बड़े मरीज इत्थे जिहड़े हेल्प लैण लई इत्थे आंदे ने, कौन है मरीज इन्हां दा? घर बैठे जे कुछ नहीं कर सकते, वीडियो शेयर करया करो, हर बंदा इत्थे उम्मीद नाल आंदा है कि मेरी हेल्प होएगी, मेरी हेल्प होएगी, मेरी हेल्प होएगी, पर हेल्प पैसिया नाल होनी है, गल्लां नाल नहीं होनी। इत्थे हर बंदा, तुसी इन्हां नाल आए हो, की करनी सी तुसी, गल करनी सी? लवा दो सेवा। अच्छा दवाती होर दवा दो यार, सत श्रीकाल दीदी, बहुत धन्यवाद जी, बहुत थैंक यू जी, इन दे दो जी सेवा, हजार ए चो किन्ने आ? नहीं नहीं छोटी नहीं, किन्नी है? किन्नी 500 ही है। ओके ओके, बोल के इकट्ठी कीते, तुसी कहया सी 10 रुपए 20। अरे क्या बात, इन दे दो। की नाम तुहाडा? नाम के बोल, दसो नाम की, बोलो 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 उच्ची बोलो, दस जी हैं हैं, की नाम है? बोलो उच्ची बोलो, उच्ची बोलो। सीरत, डॉक्टर सीरत, डॉक्टर सीरत, दे दो, आ जा आ जा, इधर आ जा, दे दे, ले ले ले, आ जा आ जा आ जा आ जा आ जा आ जा आ जा, अच्छा ओए ओए गिरजी फड़ ले, फड़ ले, आ जा आ जा आ जा, आ दे डॉक्टर सीरत कौर हेल्प करने आई है, ओ देखियो बेचारी बच्ची किवें खा रही है, थोड़ा बैठ नहीं सकती है, ਅੱਜ ਤੁਹਾਡੇ ਪੈਸੇ ਆਸ਼ੀਰਵਾਦ ਦੇ ਤੌਰ ਤੇ ਲੈ ਲਓ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬੈਠੋ ਦੋ ਮਿੰਟ ਬੈਠੋ, ਬੈਠੋ ਬੈਠੋ ਦੋ ਮਿੰਟ ਦੇ ਦੋ, ਦੀਦੀ ਲੈ ਲਓ, ਇਹ ਆਸ਼ੀਰਵਾਦ ਹੈ ਤੁਹਾਨੂੰ, ਠੀਕ ਹੈ, ਤੁਹਾਡੀ ਬੱਚੀ ਠੀਕ ਹੋ ਜਾਏਗੀ, ਦੇਖੋ ਛੋਟੀ ਜਿਹੀ ਬੱਚੀ ਹੈਲਪ ਕਰਨ ਆਈ ਹੈ, ਇਹਨੂੰ ਦੁਆਵਾਂ ਦਿਓ, ਡਾਕਟਰ ਸੀਰਤ ਕੌਰ ਹੈਲਪ ਕਰਨ ਆਈ ਹੈ, ਦੇਖ ਲਓ ਇਹ ਜੇ ਛੋਟੀ ਇੰਨੀ ਇੰਨਾ ਕੁ ਜਵਾਕ ਆ ਸਕਦਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਕੀ ਹੋਇਆ, 10-10 ਰੁਪਏ ਜੋੜ ਕੇ ਲਿਆਈ ਹੈ, ਕੋਈ ਲੱਖ ਰੁਪਏ ਨਹੀਂ ਲੈ ਕੇ ਇਸ ਵਾਸਤੇ, ਹਾਲਾਂਕਿ ਉਹਦੀ ਅਮਾਊਂਟ ਕਰੋੜਾਂ ਤੋਂ ਵੀ ਉੱਤੇ ਹੈ, ਬਟ ਇੱਕ ਛੋਟਾ ਜਿਹਾ ਐਫਰਟ ਤੁਹਾਡਾ ਕਿਸੇ ਦੀ ਬਹੁਤ ਵੱਡੀ ਜ਼ਿੰਦਗੀ ਬਚਾ ਸਕਦਾ, ਔਰ ਬਹੁਤ ਵੱਡੀ ਜ਼ਿੰਦਗੀ ਕੀ ਹੁੰਦੀ ਹੈ, ਤੁਹਾਡੇ ਬੱਚੇ ਜਾਂ ਤੁਸੀਂ ਜਿਨ੍ਹਾਂ ਨੂੰ ਪਿਆਰ ਕਰਦੇ ਹੋ। ਮੇਰੀਆਂ ਰਿਕੁਐਸਟਾਂ ਨੇ ਕਿ ਇੱਥੇ ਬੜੇ ਮਰੀਜ਼ ਨੇ, ਹਰ ਇੱਕ ਬੰਦਾ ਇੱਥੇ ਉਮੀਦ ਨਾਲ ਆਇਆ ਹੋਇਆ ਸਾਡੇ ਕੋਲ, ਬੈਠੋ ਬਾਪੂ ਜੀ, ਬੈਠੋ ਬੈਠੋ, ਲੈਂਦੇ ਬਾਪੂ ਬੈਠੋ, ਦੋਵੇਂ ਬੈਠ, ਬੜੀ ਉਮੀਦਾਂ ਨਾਲ ਇੱਥੇ ਲੋਕ ਆਉਂਦੇ ਨੇ, ਤਾਂ ਜਿੰਨੀ ਉਮੀਦ ਨਾਲ ਇੱਥੇ ਲੋਕ ਆਉਂਦੇ ਨੇ ਉਨੀਆਂ ਉਮੀਦਾਂ ਨਾਲ ਤੁਸੀਂ ਵੀ ਇੱਥੇ ਹੈਲਪ ਕਰਨ ਲਈ ਆਓ, ਬਹੁਤ ਬਹੁਤ ਧੰਨਵਾਦ, ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨਾ ਕਰ ਸਕਦੇ ਹੋ ਕਰ ਦਿਓ।